तो सामने बशीर भी उनको फैसल घा कप के दिते तो मैं पहले डेसे थोड़ा फिरोख्त करना करना अपने गांव को ज्यादा है तो उन वजन करना था वो तो चौका है 40 किलो थे आप है 40 किलो बस ठीक है वो तो 2 किलो वाल दिदाफी है तक रिया है तक हां दो के ना फ्रेश ठीक है तो हम ले वाले चाह गया तो पहचाने तो खड़े हो भी कमरा के रहा है पिया ये तो बुला रहे थे ना कितना खड़ा था तुसा खुद पहचानो पहले मैं कमेंट है दसो कि भी मैं केरी जगह दे तो खड़ा है केरा रो मैं तुसा व्यूअर हर शय को तो वगा तो करे ना तुसा जान देता ही वे चलो आज दे नाश्ते दे वेच वे तंदूरी चोपड़ी मक्खन दी चोपड़ी रोटी नाल अंडे दा साला ने पिया नाल लस्सी पे बड़ा टॉप क्लास दा नाश्ता है पिया करें दे तो औसत बिस्मिल्लाह ना तो मैं तो करना पिया ਵੀਰ ਲੱਸੀ ਬੜੀ ਠੰਡੀ ਹੈ ਬਈ ਬੜਾ ਮਜ਼ਾ ਆਉਂਦਾ ਬਈ ਯਕੀਨ ਕਰਾ ਤਾਂ ਠੰਡੀ ਲੱਸੀ ਨਾਲ ਠੰਡਾ ਪਾਣੀ ਪਾ ਰਹੀ ਤੇ ਫਰਿੱਜ ਵਾਲਾ ਤੇ ਹੁਣ ਲੱਸੀ ਬੜਾ ਮਜ਼ਾ ਦੇਣੀ ਪਈ ਨਾਸ਼ਤੇ ਦੇ ਨਾਲ ਯਕੀਨ ਕਰੋ ਮੱਖਣ ਦੀ ਚੋਪੜੀ ਰੋਟੀ ਹੈ ਪਈ ਤੰਦੂਰੀ ਤੇ ਨਾਲ ਅੰਡੇ ਤੇ ਪਿਆਜ਼ ਸਾਲਾ ਨੇ ਪਿਆ ਬੜਾ ਮਜ਼ਾ ਆਉਂਦਾ ਪਈ ਟੇਸਟੀ ਸਾਲਾ ਬੜਾ ਅਸਲਾਮ ਅਲੈਕੁਮ ਕੀ ਹਾਲ ਹੈ ਸਹੀ ਠੀਕ ਹੀ ਹੈ ਤਬੀਅਤ ਠੀਕ ਹੈ ਮੈਂ ਹਾਂ ਮੁਹੰਮਦ ਨਵੀਦ ਤਰਸਰੇ ਦੇ ਤੋਂ ਯੂਟਿਊਬ ਚੈਨਲ ਫਤਿਹ ਵੀ ਮੁਹੰਮਦ ਵੀਰ ਰਾਤ ਨਾ ਤਕਰੀਬਨ ਅਕਸਰ ਦੇ ਬਾਅਦ ਦੁਰਿਆਮੀ ਤੇ ਆ ਗਿਆ ਆਪਣੇ ਅਬਾਈ ਗਾਂਵ ਕੋਟ ਤੋਂ ਸਿਟੀ ਤੋਂ ਆਪਣੇ ਅਬਾਈ ਗਾਂਵ ਆ ਗਿਆ ਤਾਂ ਇੱਥੋਂ ਦਾ ਮੈਂ ਕਿਤੋਂ ਬਹੁਤ ਚੈੱਕ ਕਰਵਾਉਂਦਾ ਤਾਂ ਵਿਜ਼ਿਟ ਕਰਵਾਵਾਂ ਤਾਂ ਇਸ ਸਾਹਮਣੇ ਜ਼ਰਾ ਰਕਬਾ ਪੈ ਰਹੇ ਤੇ ਪਏ ਉਸ ਈਦ ਕੋਲੋਂ ਪਹਿਲੇ ਤਕਰੀਬਨ ਹਫ਼ਤਾ ਪਹਿਲੇ ਆਇਆ ਆਪ ਛੋਟਾ ਬੇਟਾ ਜਿਵੇਂ ਆਪਣੇ ਬਹੁਤ ਹੀ ਗਿਆ ਉਹ ਸਿਲਸਿਲੇ ਦੇ ਵਿੱਚ ਆਇਆ ਜੋ ਅਸੀਂ ਤੇ ਬਲਸਾਰ ਛੂਆ ਛਿੜਕਰ ਸਰਾਇਕੀ ਦੇ ਵਿੱਚ ਅਸਾਦ ਸਾਰੇ ਛੂਆ ਛਿੜਕਰ ਯਾਨੀ ਉਹ ਆਏ ਵੇ ਧਿਆਨ ਭਾਜੇ ਵੀ ਆਏ ਉਹਦੇ ਕਜ਼ਨ ਵੀ ਹਨ ਪਏ ਤਾਂ ਉਹਨੇ ਸਾਰਿਆਂ ਨੂੰ ਪਕੜੀ ਆਇਆ ਬਾਕੀ ਆਓ ਯਾਰ ਇੱਥਾ ਗੰਦੋ ਮੈਂ ਵੀ ਰੱਖ ਪਏ ਤਾਂ ਮੈਂ ਕਿ ਯਾਰ ਇੱਕ ਵੀ ਗੰਦੋ ਮੈਂ ਪਈ ਚਲੋ ਉਹ ਉਬੱਤੇ ਤੇ ਫਾਰਾ ਮੈਂ ਜਿਹੜਾ ਉਹ ਪੁੱਤਰ ਲੇਟ ਹੈ ਵੀ ਉਬੱਤਾ ਫਾਰਾ ਮੈਂ ਪਿਆ ਉੱਤਾਂ ਲਿਆਰ ਲਈ ਪਏ ਯਾਨੀ ਮਜ਼ਦੂਰ ਲਈ ਪਏ ਉੱਤਾਂ ਉਹ ਕੱਪੇ ਨਾ ਪੈਣ ਤਾਂ ਮੈਂ ਕਿਹਾ ਆਓ ਚਲੋ ਇਹ ਵਿਘਾ ਘਰ ਦੇ ਸਾਹਮਣੇ ਜੋ ਪਿਆ ਬਿਲਕੁਲ ਸਾਹਮਣੇ ਘਰ ਹੈ ਜਿਹਦੇ ਪਿਓ ਤਾਂ ਮੈਂ ਕਿਹਾ ਚਲੋ ਇਹ ਵਿਘੇ ਸਾਰੇ ਰਲ ਮਿਲ ਕੇ ਕੱਟੂ ਜਾਂ ਦਾਣਾ ਥੀ ਵਧਣ ਕਿਉਂਕਿ ਦਾਣਾ ਮੁੱਕੇ ਵਧਿਆ ਫਸਲ ਕੋਲੋਂ ਪਹਿਲੇ ਆਖਰੀ ਕੱਟੂ ਜਿਹੜਾ ਉਹ ਪਿਸੀਜ ਗਿਆ ਜੀ ਤੋਂ ਆ ਗਿਆ ਤਾਂ ਇਹ ਵਜ੍ਹਾ ਤੋਂ ਮੈਂ ਕਿਹਾ ਚਲੋ ਫੌਰਾ ਲੈ ਕੱਪ ਕੇ ਨਾ ਸਾਰੇ ਬਲ ਆਏ ਜੋ ਸਾਰੇ ਨਾ ਤਕਰੀਬਨ ਇੱਕ ਜਾਂ ਦੋ ਘੰਟੇ ਤਕਰੀਬਨ ਲੱਗ ਗਏ ਇੱਕ ਘੰਟਾ ਨਾ ਦੋ ਘੰਟੇ ਦੇ ਕਪੀਟ ਵੀ ਗਈ ਹੈ ਅਤੇ ਬਥੀਚ ਵੀ ਗਈ ਹੈ ਕੱਪ ਬਦਵਾ ਕੇ ਰਖਵਾਈ ਗਿਆ ਮੈਂ ਤੇ ਵਾਲ ਭਾਈ ਹੁਣ ਇੱਥੇ ਪ੍ਰੈਸ਼ਰ ਲਾ ਰਹੀ ਤੀ ਤੋ ਕੋ ਬੋਸਾ ਨਜ਼ਰ ਆਉਂਦਾ ਪਿਆ ਉਹਦੇ ਥੱਲੇ ਤੋ ਗਹੀਜ ਵੀ ਗਈ ਹੈ ਹੁਣ ਈਦ ਦੇ ਤੀਜੀ ਜਵਾਰ ਹੈ ਤਾਂ ਇਹ ਗਹੀਜ ਵੀ ਗਈ ਹੈ ਉਹ ਵੀ ਸੰਭੀਜ ਗਏ ਬੋਸਾ ਵੀ ਸੰਭੀਜ ਗਏ ਅਤੇ ਗੰਦਮ ਵੀ ਦਾਣੇ ਵੀ ਸੰਭੀਜ ਗਏ ਕਲੋਟੀ ਦੇ ਵਿੱਚ ਪਵੀਜ ਗਿਆ ਤਾਂ ਮਜ਼ੀਦ ਹੁਣ ਜੁਲ ਕੇ ਤੁਹਾਨੂੰ ਜਿੱਥੇ ਕਮਾਂ ਦਾ ਪਾਰਾ ਦਾ ਪਹਿਲਾਂ ਉੱਥੇ ਤੁਹਾਨੂੰ ਉੱਥੋਂ ਦਾ ਵਿਜ਼ਿਟ ਕਰਨਾ ਉਹ ਵੀ ਤੁਹਾਨੂੰ ਰੱਖ ਪਾ ਰਹੀ ਹੈ ਉੱਥੇ ਕਿਆ ਪੋਜੀਸ਼ਨ ਹੈ ਵੀ ਕਿਆ ਕਿਆ ਉੱਤਰ ਆਦਾ ਪਰ ਕਮਾਂ ਦੇ ਵਿੱਚ ਸਾਹਮਣੇ ਸੜਕ 'ਤੇ ਆ ਗਏ ਜਿਹਦੇ ਪਿਓ ਸਾਹਮਣੇ ਸੜਕ ਵੀ ਨਹੀਂ ਹੈ ਪਹਿਲਾਂ ਦੂਜੇ ਇਲਾਕੇ ਦੇ ਵਿੱਚ ਸਾਡੇ ਘਰ ਦਾ ਨਾਲ ਉਹ ਸੜਕ ਲੱਗਦੀ ਪਈ ਰਸਤਾ ਲੰਘਦਾ ਪਿਆ ਅਤੇ ਸਾਹਮਣੇ ਸਾਡਾ ਰਕਬਾ ਪਿਆ ਸਾਹਮਣੇ ਦੇ ਦੇਖੋ ਮਕਈ ਦਾ ਘਾਸ ਤਿਆ ਖੜ ਤਿਆਰ ਤਿਆ ਖੜ ਤਾਂ ਹੁਣ ਮਵੇਸ਼ੀ ਅਸਾਂ ਨਾ ਇੱਕ ਦੂਜੇ ਫਰੋਖਤ ਕਰ ਛੁੜਿਆ ਵੇਚ ਛੁੜਿਆ ਸੇ ਤਾਂ ਹੁਣ ਘਾਸ ਜ਼ਿਆਦਾ ਖੜੇ ਤਾਂ ਹੁਣ ਇੱਕ ਗਾਂ ਇੱਕ ਸਾਡੇ ਕੋਲ ਗਾਂ ਹੈ ਪਈ ਜੇ ਦੂਧ ਰਹਿੰਦੀ ਪਈ ਲੱਸੀ ਵਗੈਰਾ ਵੀ ਪੀ ਜਾਂਦਾ ਦੇਦੇ ਪਿਆ ਨਾਸ਼ਤਾ ਲੈਵਲ ਦਾ ਕਰ ਗਏ ਦੇ ਨਾਸ਼ਤਾ ਬੜਾ ਲੈਵਲ ਦਾ ਥੀ ਅਗਰ ਗਾਂ ਹੋਵੇ ਪਈ ਦੂਧ ਹੋਵੇ ਪਈ ਲੱਸੀ ਹੋਵੇ ਪਈ ਤਾਂ ਬਲ ਨਾਸ਼ਤਾ ਅਤੇ ਖਾਣਾ ਬੜਾ ਟਾਪ ਕਲਾਸ ਦਾ ਥੀ ਗਾ ਹੁਣ ਚਾਰਾ ਸਾਡੇ ਕੋਲੋਂ ਕਾਫੀ ਜ਼ਿਆਦਾ ਹੈ ਪਿਆ ਕਮਾਂਦ ਵਿੱਚ ਸਾਹਮਣੇ ਕਮਾਂਦ ਵੀ ਹੈ ਪਿਆ ਵੇ ਰਕਬੇ ਦੇ ਅਤੇ ਮਕਈ ਦੇ ਘਾਸ ਵੀ ਰਾਹ ਦਿੱਤਾ ਤਾਂ ਹੁਣ ਕੁਝ ਵਿਚਿਆਂ ਦੇ ਹੀ ਖੜੇ ਹੈ ਅਤੇ ਆਪਣੀ ਗਾਏ ਵੀ ਖਾ ਨਿਕੜੀ ਹੈ ਨਹੀਂ ਚਸਟਾ ਨਿਕੜੀ ਮਜ਼ੇ ਨਾਲ ਰੱਜ ਕੇ ਖਾ ਗਈ ਹਾਲਾਂਕਿ ਇੰਨੇ ਜਵਾਰਾਂ ਦੇ ਵਿੱਚ ਲੋਕ ਕਾਫੀ ਪਰੇਸ਼ਾਨ ਹਨ ਪਏ ਘਾਸ ਵਾਸਤੇ ਕਿਉਂਕਿ ਘਾਸ ਇਨਕੋ ਨਾ ਬੋਸਾ ਵੀ ਹਰ ਕਿਸੇ ਖਤਮ ਥੀ ਚੁੱਕਾ ਹੁਣ ਨਵੀਆਂ ਫਸਲਾਂ ਅਤੇ ਹੁਣ ਬੋਸਾ ਆਉਂਦਾ ਪਏ ਅਤੇ ਸਾਹਮਣੇ ਸਾਰਾ ਤਕਰੀਬਨ 3-4 ਵਿਘੇ ਰਕਬਾ ਪਿਆ ਸਾਰਾ ਵੇਦੇ ਦੇ ਪਿਓ ਮਕਈ ਦਾ ਘਾਸ ਹੈ ਪਿਆ ਕਾਫੀ ਜ਼ਿਆਦਾ ਅਤੇ ਵੀਰ ਵੀ ਇਹ ਵੀ ਹੈ ਤੁਹਾਡੇ ਕੋਲੋਂ ਮਸ਼ਵਰਾ ਗਿਣਨਾ ਵੀਰ ਮਸ਼ਵਰਾ ਤੁਹਾਡੇ ਕੋਲੋਂ ਇਹ ਗਿਣਨਾ ਕਿ ਭਾਈ ਮੁਨੀਰ ਮੁਲੇ ਹੈ ਨਾ ਸਾਰਾ ਕਰਜ਼ਾ ਨਾ ਪਿਓ ਫੌਤ ਹੀ ਗਿਆ ਤਕਰੀਬਨ ਸਾਲ ਕੋਲੋਂ ਜ਼ਿਆਦਾ ਥੀ ਗਏ 1.5 ਸਾਲ ਤੇ ਨਾ ਪਏ ਤਾਂ ਉਹਨੇ ਛੋਟੇ ਬੇਟੇ ਨੇ ਪਏ ਤਾਂ ਮੈਂ ਫਿਤਰਾਨਾ ਕੋਈ ਨਾ ਦਿੱਤਾ ਆਦਨ ਈਦ ਨਮਾਜ਼ ਕੋਲੋਂ ਪਹਿਲੇ ਫਿਤਰਾਨਾ ਅਦਾ ਕਰ ਦਿਓ ਤਾਂ ਠੀਕ ਹੈ ਵਰਨਾ ਤੁਹਾਡੇ ਰੋਜ਼ੇ ਨਾਲ ਲਟਕੇ ਰਹਿਣ ਅਸਮਾਨ ਅਤੇ ਜ਼ਮੀਨ ਦੇ ਦਰਮਿਆਨ ਉਹ ਤਾਂ ਗੱਲ ਠੀਕ ਹੈ ਲੇਕਿਨ ਮੈਂ ਨੀਅਤ ਵੀ ਹੈ ਦੇਵਣ ਵਾਲੇ ਸਾਰਾ ਕੁਝ ਹੈ ਲੇਕਿਨ ਮੈਂ ਕੋਟ ਦੁਹਾਵੀ ਪਿਆ ਤਾਂ ਉਹ ਦੜੇ ਦੇ ਹਨ ਪਏ ਤਾਂ ਸਾਡੇ ਅਬਾਈ ਗਵਾਨ ਪਏ ਉਹਨਾਂ ਦੇ ਛੋਟੇ ਬੇਟੇ ਨਾ ਉਹ ਅਬਾਈ ਗਵਾਨ ਪਏ ਤਾਂ ਇਹ ਵਜ੍ਹਾ ਤਾਂ ਮੇਰੀ ਨੀਅਤ ਵੀ ਦੇਵਣ ਵਾਲੀ ਲੇਕਿਨ ਅੱਜ ਈਦ ਦਾ ਤੀਜਾ ਦੇ ਈਦ ਨਮਾਜ਼ ਵੀ ਪੜ ਗਈ ਸੀ ਈਦ ਵੀ ਭੁਗਤਾ ਗਈ ਸੀ ਤੀਜਾ ਦੇ ਤਾਂ ਮੈਂ ਉਹਨਾਂ ਨੂੰ ਫਿਤਰਾਨਾ ਅੱਜ ਅਦਾ ਕਰਨਾ ਪਿਆ ਕਿਆ ਮੇਰਾ ਫਿਤਰਾਨਾ ਕਬੂਲ ਥੀ ਵੇ ਸੀ ਜਾਂ
सवाब थी सी या कोई ना थी सी ये मैं को मशवरा लाजमी दे सो ते भाई तो कोई गाल थाना जरे प्यार है उन्हें तो पता है उन्हें याद जरूर होने पे जल मैं ईद नमाज पढ़ान गया मस्जिद दे सैन में बैठा मैं ना तो मैं को मुनीर भी उन्हें काफ़ी याद आने पे उसे यकीन करे सो अखियों के ना हंजू आ गए यकीन करो याद आई है ना उन्होंने तो अखियों के हंजू आ गए तो पता है प्यार है जरे वन तो उन्हें याद जरूर आँदी है खुशी के मौके से लाजमी याद आँदी उन्होंने मेरे अखियों के आंसू आन पर गया यकीन करो तो ये मशवरा दे सो कि बेफितरा ना हो मेरा कबूल थी वैसी या कोई ना ये लाजमी कमेंट मशवरा दे सो कमेंट लाजमी करे सो कि भाई ठीक है गलत है क्योंकि देवण वाली नीयत भी है लेकिन पांडे आसे आ ना से सकते मैं कि ईद मिलान जो वैसू वल दे के आसूँ अदा करके आसूँ तो उन्होंने को फितराना भी दे सा तो वल चलिया वैसा वापस कोट दुशा कहीं कमान मकई के अम्मी जी होनी ना एडे पे भिंडिया लगिया पन सारा थोड़े तक मम्मी नाल करके दिखावा एडे पे भिंडिया लगे पा भिंडिया विरा दी तेन एक रकबे एक तीर ना दू शिकार होना त्राए मारे खने सब्जी भी राही खने घास भी राही खने कमांद भी राही खने तो सामने भिंडिया हूँ काफ़ी लगे पे हालांकि इन्हों का पौधा ना बिल्कुल छोटा छोटा ही है पे लेकिन फल इतना ज्यादा चाहती पान यकीन करो देख के दिल खुश थी गया है तो हम दे दे कमांद भी माशाला दे देते वा वा किया होता तकरीबन महीने तक वाले बंदे की काज जितना थी वे कमांद हम मकई को जल्दी जल्दी कटने वरना है कमाल को नुकसान है पिया देखो सामने तो दसेना पिया मैं ईद वाले दिन सिर्फ डूब बंदे मेरे को याद ज्यादा आई है एक वे भाई वास्ते भी यानी थोड़ी जी परेशानी थी बैठी है भी एक भाई को वांडे पे क्योंकि वे भाई थी गौर आते मैं तो बाले वास्तव कोट तू शिफ्ट थी गया मैं तो मैं हूँ जल्दी जल्दी वाया भाई को ईद मिल लेकिन मजबूरी तो दुकान पर बैठा मैं तीन वजह से तीजे दिन बार भाई को वे को ईद मिलान जरूर आया ये स्पेशल भाई वे को ईद मिलान आया गाँव के तीजे दिन तुम ये देखो गाँव के ना सर सब्जा कैसा है चारों तरफ सावल है सर सब्जा ही सर सब्जा है पिया माहौल चेक करो कितना खूबसूरत है नाल दरख्त भी घर की रौनक बनाई खड़े देखो कितना खूबसूरत माहौल है पे गाँव का सामने चेक करो तो नाल घास देखो कितना खूबसूरत लगता खड़े कमान देखो चेक करो तुम माहौल इतों का सर के बाद तकरीबन कोट के टुरिया में तो इतना पहुंचा तकरीबन मैं मगरब के बाद रस्ते दे रिश्तेदारों को भी मिलिया से तकरीबन घंटा खान उतना भी जाए थी गया एक घंटा उतना लग गए वो सफ़र भी आने टाइम लग गए तो नौ दस बजे तक वाल भाई वे नाल भतरीजे नाल अदनान फैसल होने नाल गप शप लगी रह गई है उनके बाद भाई है कि खाते लिख दिए तो महीने के खाते पे आने एजेंसी दुकान दे तो खाते लिखता रह गया तकरीबन यकीन करे सो रात त्रे बजे उठा सॉरी त्रे बजे उठा नहीं त्रे बजे रात सुता हमें तो हम फजे नाल तकरीबन लेट थी गया वाल सुता पिया रह गया नींद पूरी थी तो वाल उठा आलस भी इंसान को थी वेंदी है हम नौ बज के 48 मिनट थी गया हूँ उठा दाँ दाँ धो के फ्रेश थी नाश्ता की तमें तो वाल मैं चलो तो उतों का माहौल दिखा देव तो मशवरा भी कर गया भाई फितराना ना कि भी कबूल थी अगो ना मेरे वीडियो बनाने का अज इतो गाँव का मकसद ये कि तुरे को ये फितराना का पुछना कि भाई नीयत भी है भाई सारा सिस्टम है लेकिन दूर हम दूर हमें आ ना मिल सकता देवण वास्ते उतना भी मजबूरी है दुकान भी हमें कि वे सो सही वाल दिखती अस क्या ये सही है या गलत है दसे सो लाजमी कमेंट दे तो अज की वीडियो का भी थी करें एंड क्योंकि मोबाइल की बैटरी को नहीं कैमरे की बैटरी को नहीं रात मोबाइल लाया को नहीं चार्जर भी उतनी कोट तू शहर रखे घर अपना तो हम बैटरी मुक्की वजह अज की वीडियो की थी करें एंड उम्मीद है साड़ी वीडियो तक अच्छी लगी अगर साड़ी वीडियो अच्छी लगी सारे चैनल को जरूर सब्सक्राइब कर दे सो तेन चला मिलते हैं नवी वीडियो तब तक के लिए अल्लाह हाफिज ये पता नहीं तो छुरी कौन सट गया बारो छुरी बारो आई चाह के देने घर अच्छा सामने बशीर भी उन्हें फैसल घा कप के दीते तो मैं पहले डे थोड़ा फिरोख्त करना एक अपने गां को ज्यादा है तो उन वजन करना वो तो चौका है 42 किलो से आप 42 किलो बस ठीक है वो तो 2 किलो वाल इजाफी है तक रियायत है कोई गाल हाँ एक गाल है सही नसीब तेरे चाहिए जो यो वाला वो किलो रुबी आ बन जाता वाली ठीक है हाँ बस शाम ही वाला कपे ऐसा नहीं सवेरे कप गिनता रख चा बस और खुले क्या देना है सही है जरूरत है ना बस शाम ही वाला कार गिन सो ना हो तो वाला ये दो कप अदा